سلم آدمی بھائی گڈی کول پہنچو انہاں تو بعد باسیل زغام آباد شاہ صاحب انہاں تو بعد جناب علامہ آصف علوی انہاں تو بعد سید ذوریت جبران شرازی انہاں تو بعد جناب علی ناصر تلہڑا اور آخر جناب حاجی ناصر عباس نوتی شہادت پاک بی بی فاطمہ زہرا سلام اللہ علیہا پرسن درود شریف پاوا جلو بسم اللہ الرحمن الرحیم الحمد للہ رب العالمین الرحمن الرحیم مالک یوم الدین اياک نعبد بسم اللہ الرحمن الرحیم رب اللہ فاحد اللہ بسم اللہ الرحمن الرحیم رب اللہ بسم اللہ الرحمن الرحیم رب اللہ فاحد اللہ یا رب محمد مال محمد صلی علی محمد مال محمد واجد فرجا اور محمد ایک بہت سونی صلوات سارے پڑھو اکو پڑھو اونچی آواز نال صلوات بیٹھے
ਜਾਇਕ ਮੇਰਾ ਤਪਣ ਤੇ ਪੋਵੇ ਲੱਥੀ ਜਿਵੇਂ ਗਾਜ਼ੀ ਜ਼ੀਨ ਤੁਲਤ ਨਹੀਂ ਮੇਰੇ ਕਬਲਾ ਅੱਬਾਸ ਮਰਦਾ ਅੱਬਾਸ ਬਹਾਦਰ ਅੱਬਾਸ ਆਪਣੇ ਜ਼ਮਾਨੇ ਦਾ ਅਲੀਆ ਭਾਵੇਂ ਨਾ ਤੇ ਮੇਰੇ ਬਾਜ਼ੂ ਨਾਲ ਕੋਈ ਨਾ ਹੈ ਇਸਲਾਮਾਬਾਦ ਲਿਓ ਪੇਨ ਬੜੀ ਔਖੀ ਲੱਗੀ ਆਇਓ ਮੈਂ ਸਦਕੇ ਪਾਵਾਂ ਇਸ ਵੇਲੇ ਰਾਤ ਨੂੰ ਵੀ ਤੁਹਾਡਾ ਰੋਵਣ ਤੇ ਦਿਲੇ ਅੱਲਾ ਕਦੀ ਵੀ ਨਾ ਰੋਵੋ ਜਦੋਂ ਰੋਵੋ ਬੀਬੀ ਦੇ ਪੁੱਤਰਾਂ ਨੂੰ ਰੋਵੋ ਨੌ ਵਾਰ ਬੈਠੀਏ ਤੇ ਨੌ ਵਾਰ ਉੱਠੀਏ ਮੈਂ ਪੁੱਛਦਾ ਰਿਹਾ ਮਸਲਾ ਮੇਰਾ ਹੱਲ ਨਾ ਹੋਇਆ ਫਿਰ ਮਿੰਬਰ ਰਸੂਲ ਤੇ ਕਾਲਮ ਦੀਨ ਨੇ ਮਸਲਾ ਮੇਰਾ ਹੱਲ ਕਰ ਦਿੱਤਾ ਉਹਨਾਂ ਫਰਮਾਇਆ ਬਾਰਵੇਂ ਦਾ ਫਰਮਾਨ ਹੈ ਮੇਰਾ ਸਲਾਮ ਉਹਨਾਂ ਵਾਰਸਾਂ ਤੇ ਜਿਹਨਾਂ ਟੁਕੜੇ ਇਕੱਠੇ ਕਰ ਕਰਕੇ ਲਾਸ਼ਾਂ ਦੀਆਂ ਸ਼ਕਲਾਂ ਬਣਾਈਆਂ ਹੁਣ ਪਤਾ ਲੱਗਿਆ ਨੌ ਵਾਰੀ ਕਿਉਂ ਬੈਠੀ ਕਹਿ ਜਾ ਤੂੰ ਫਿਰਾ ਦੀ ਲਾਸ਼ ਦਾ ਕੋਈ ਹਿੱਸਾ ਮਿਲਿਆ ਚੁੰਮਦੀ ਏ ਲਾਸ਼ ਦੀ ਸ਼ਕਲ ਬਣਾ ਕਿਆ ਦੀ ਹੈ ਮੇਰੇ ਨੀ ਮਿਲਣ ਆਇਆ ਮੇਰੇ ਨਾਲ ਹੋਵਾਂ ਦੀ ਇੱਥੇ ਮੈਂ ਆਖਰੀ ਵੈਣ ਸੁਣਾਵਾਂ ਸਾਰੇ ਬੰਦੇ ਅਗਰ ਤਵਜੋ ਫਰਮਾਓ ਤਾਂ ਸ਼ਹੀਦ ਆਜ਼ਮ ਦੀ ਪਾਕ ਲਾਸ਼ ਤੜਫੀ ਆਵਾਜ਼ ਆਇਆ ਮੈਂ ਕੱਲ ਵੀ ਜਾਂਦਾ ਮਾਰਾ ਗਿਆ ਨਬੀ ਮੈਨੂੰ ਰੋਂਦੇ ਰਹਿਣ ਵਲੀ ਮੈਨੂੰ ਰੋਂਦੇ ਰਹਿਣ ਸਾਰੀ ਰਾਤ ਨੱਤੀ ਪਿਆ ਤੇ ਮੇਰੀ ਮਾਂ ਟੁਰਦੀ ਰਹੀ ਹੈ ਸੱਚੀ ਦੇਣਾ ਸੱਤਰ ਗੱਲ ਦਾ ਫਾਸਲਾ ਦੱਸਾਂ ਤੇ ਸਹੀ ਕੱਲ ਮੇਰੀ ਲਾਸ਼ ਤੇ ਕਿਉਂ ਨਹੀਂ ਆਈ ਬੇਤਰਤੀਬ ਕੱਟੀ ਹੋਈ ਗਰਦਨ ਤੇ ਬੋਸਾ ਦੇ ਕੇ ਆ ਗਈ ਹੈ ਮੈਂ ਸਾਰੀ ਰਾਤ ਤੇਰੇ ਯਤੀਮ ਲੱਗਦੀ ਗਰਦਨ ਤੇ ਬੋਸਾ ਦੇ ਕਿਆ ਤੈਨੂੰ ਦੱਸਦੀ ਮੈਂ ਕਿਉਂ ਨਹੀਂ ਆਈ ਯਸ ਰੱਬ ਦਾ ਪਾਕ ਸ਼ਹਿਜ਼ਾਦਾ ਤੇਰੇ ਪੁੱਤਰ ਬਿਮਾਰ ਦੀ ਤਾਜ ਪੋਸ਼ੀ ਵਿੱਚ ਮੇਰਾ ਲੱਗ ਗਿਆ ਬੈਠੇ ਹੋ ਹੁਣ ਕੌਣ ਬੰਦਾ ਜਿਹੜਾ ਨਾ ਰੋਵੇ ਮੇਰੀ ਸਦਾ ਦੀ ਏ ਮਾਂ ਚਿਰ ਤਨੀ ਸ਼ਾਮੀ ਲੁੱਟ ਲੈ ਓ ਪੀਰੂ ਦਾਜ ਤੇਰੀ ਕੁਦਰਤ ਦਾ ਹੁਣ ਫਾਲਗ ਠੀਕੇ تشریف لے آؤ جناب علی ناصر تلہاڑا انہاں تو بعد آخر تے حاجی ناصر عباس نوکی صاحب انشاءاللہ پٹسن درود شریف بابا سے بلک ٹرانسپورٹ بھائی فری ہے